नाम सतनाम करता पुरख निर्भो निर्वैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच। सत नाम श्री वाहिगुरु सत नाम श्री वाहिगुरु आखा दीवा विसरे मर जाओ आखा दीवा विसरे क्यों
کیوں بسرے جن سب کچھ دیا سو کیوں بسرے جن سب کچھ دیا سو کیوں بسرے جے جیون جیا سو کیوں بسرے
نام سری واہ ست نام سری واہ ست نام سری واہ ست نام سری واہ ست نام سری واہ گرو ست نام سری واہ گرو ست نام
कारज आप खलो हर कम करो Yeah.
हमरा गुण अवगुण ना विचारे
प्रभु को में समारे हमरा गुण अब गुण ना विचारे अटल बचन अटल बचन नानक गुण तेरा ओ सफल कर मस्तक तारिया मस्तक तारिया मस्तक तारिया प्रभु आप खलोया आप खलोया आप खलोया आप खलोया संतान के कार्य आप खलोया संतान के कार्य आप आज्ञा मन में सह आपस को कर कछ ना जनावे हर हर नाम हृदय सद त्यावे मन बेचे सतगुर के पास दिस सेवक के कार्य राज महापुरखां भगत जना ने हर कार्य विच हर समय हर श्वास अपने मालक नू मुख रखिया मन दे आखे नहीं गुरु दे मार्ग ते चल के गुरु दे मगर चल के अपने जीवन नू उलीकिया कार्यां विच कदों विघन पै जांदे हन जदों असी अपने मन दे आखे मन दे मगर लगदे हां आ कार्य भी कर लईए ओ भी कर लईए जिन्हां भी भगतां ने नाम जपिया सास ग्रास फिर तेल नहीं लाई परमेश्वर ने उन्हां दी रखिया कर दिया भगत प्रहलाद नू बचाया गज को ग्रह ने पकड़ लिया उस वेले याद कीता पेटा कीती कमल फुल दी पेटा करके याद कीता ए परमेश्वर तू मेरी रक्षा कर तब पैर पे आ बिताया परमेश्वर ने आके रक्षा कीती नाम देव ते पीड़ा बनी तां सात घड़ी जब बीती सुनी अजो ना आयो त्रे भवन दनी फिर पखंतड़ बाज बजायला गरड़ चढ़े गोविंद आयला निरंकार नूं अपने भगतां दी रख्या करनी पई कल युग में नामा भगत होए फेर देहरा गाए जिवाई भगत कबीर वखानी है बंदी खाने ते उठ जाई तन्ना जट उधारिया सदना जात अजात कसाई बेनी हुआ अध आत्मी नीच जात कुल अंदर नाई फिर पातशाह दा बचने करके नीच सदावा सब कुछ कर दिया होया भी अपने आप नू नीवा सदाया कुछ बने नहीं आख्या जो कुछ कीता परमेश्वर ने कीता ना हम किया ना करेंगे ना कर सके शरीर क्या जाना किस हर किया भयो कबीर कबीर कितने कु
ਨਿਰੰਕਾਰ ਨੇ ਜਿਨ੍ਹਾਂ ਦੀ ਰੱਖਿਆ ਕੀਤੀ ਹੈ ਕਿਤਨੇ ਕੁ ਦੱਸੀ ਜਾਵਾਂ। ਭਗਤ ਕਬੀਰ ਜੀ ਕਿਉਂਕਿ ਨਿਰੰਕਾਰ ਨੇ ਆਪਣੇ ਭਗਤਾਂ ਨੂੰ ਬਹੁਤੇ ਪਦਾਰਥ ਨਹੀਂ ਦਿੱਤੇ, ਉਤਨੇ ਕੁ ਦਿੱਤੇ ਜਿਤਨੇ ਕੋ ਲੋੜ ਪੂਰੀ ਹੋ ਜਾਵੇ। ਭਗਤ ਕਬੀਰ ਜੀ ਦੀ ਲੜਕੀ ਦਾ ਆਨੰਦ ਕਾਰਜ ਹੈ, ਸ਼ਾਦੀ ਨੇੜੇ ਹੈ, ਆਪਨੇ ਇੱਕ ਥਾਨ ਬੁਣਿਆ ਬੜੀਆਂ ਮੁਸ਼ਕਲਾਂ ਨਾਲ, ਭਾਈ ਇਹ ਵੇਚਾਂਗੇ ਇਹਦੇ ਤੋਂ ਜੋ ਕੁਝ ਵੀ ਮਿਲੇਗਾ ਤਿਲ ਫੁੱਲ ਉਹ ਵਿਆਹ ਤੇ ਲਾ ਦੇਵਾਂਗੇ। ਇਤਿਹਾਸ ਵਿੱਚ ਲਿਖਿਆ ਕਿ ਜਦੋਂ ਕਬੀਰ ਜੀ ਵੇਚਣ ਗਏ ਥਾਨ, ਖੱਦਰ ਦਾ ਥਾਨ ਸੀ, ਮਾਤਾ ਲੋਈ ਕਹਿੰਦੀ ਜਲਦੀ ਆਉਣਾ, ਕੋਈ ਹੋਰ ਵੀ ਸਮਾਨ ਸਮੂਨ ਮੰਗਾਉਣਾ ਹੈ ਜਿਹੜੇ ਚਾਰ ਪੈਸੇ ਮਿਲਣ, ਆ ਇੱਕੋ ਹੀ ਤਾਂ ਰਾਤ ਰਹਿ ਗਈ ਹੈ ਵਿਆਹ ਵਿੱਚ, ਤੇ ਜਲਦੀ ਆਓਗੇ ਤਾਂ ਕੋਈ ਤਿਆਰੀ ਕਰਾਂਗੇ। ਮੈਂ ਬੇਨਤੀ ਕਰ ਰਿਹਾ ਇਹ ਉਹਨਾਂ ਲਈ ਹੈ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੇ ਸਹਿ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੇ ਸਦ ਧਿਆਵੈ। ਇਸ ਤਰ੍ਹਾਂ ਜਿਨ੍ਹਾਂ ਨੇ ਮਨ ਵੇਚ ਦਿੱਤਾ ਗੁਰੂ ਦੇ ਅੱਗੇ, ਗੁਰੂ ਕਿਵੇਂ ਰੱਖਿਆ ਕਰਦਾ, ਖੱਦਰ ਦਾ ਥਾਨ ਲੈ ਕੇ ਖੜੋਤੇ ਹਨ। ਨਿਰੰਕਾਰ ਨੇ ਇੱਕ ਸਾਧੂ ਦਾ ਰੂਪ ਧਾਰਨ ਕੀਤਾ ਤੇ ਆ ਕੇ ਪੁੱਛਣ ਲੱਗੇ ਕਬੀਰ ਜੀ ਨੂੰ, ਮਹਾਰਾਜ ਬਈ ਕਿਰਪਾ ਕਰੋ ਮੈਨੂੰ ਕਬੀਰ ਦਾ ਘਰ ਦੱਸੋ, ਕਬੀਰ ਦਾ ਘਰ ਕਿੱਥੇ ਹੈ। ਕਬੀਰ ਜੀ ਕਹਿਣ ਲੱਗੇ ਬਈ ਇਹ ਤਾਂ ਮੈਨੂੰ ਹੀ ਪੁੱਛ ਰਿਹਾ, ਭਾਈ ਤੈਨੂੰ ਚਾਹੀਦਾ ਕੀ ਹੈ? ਆਖੇ ਬਸ ਸਰਦੀਆਂ ਦੇ ਦਿਨ ਹਨ, ਆ ਕੁੜਤਾ ਫਟਿਆ ਹੋਇਆ। ਮੈਂ ਕਿਹਾ ਇੱਕ ਕੁੜਤੇ ਦਾ ਕੋਈ ਕੱਪੜਾ ਹੀ ਲਿਆਵਾਂ ਉਹਨਾਂ ਕੋਲੋਂ, ਤੇ ਕਹਿਣ ਲੱਗੇ ਉਹ ਤਾਂ ਤੈਨੂੰ ਅਸੀਂ ਦੇ ਦਿੰਦੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਨਿਰੰਕਾਰ ਵੀ ਸੰਤ ਖੇਲੇ ਤੁਮ ਸੰਗ ਗੋਪਾਲਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਖੇਡਦਾ ਮਹਾਂਪੁਰਖਾਂ ਨਾਲ, ਕੌਤਕ ਕਰਦਾ, ਕੌਤਕ ਵਰਤਾਇਆ ਨਿਰੰਕਾਰ ਨੇ। ਕਬੀਰ ਜੀ ਨੇ ਕੁੜਤੇ ਦਾ ਕੱਪੜਾ ਫਾੜ ਕੇ ਦੇ ਦਿੱਤਾ ਤੇ ਫਿਰ ਕਹਿਣ ਲੱਗੇ ਭਲੇ ਲੋਕਾ ਬਈ ਹੁਣ ਤੈਨੂੰ ਹੋਰ ਖੇਚਲ ਨਹੀਂ ਦੇਣੀ, ਕਿਰਪਾ ਕਰ ਭਈ ਸਾਨੂੰ ਕਬੀਰ ਦਾ ਘਰ ਜ਼ਰੂਰ ਦੱਸ ਦੇ। ਆਖਿਆ ਹੁਣ ਕੀ ਕੰਮ ਹੈ ਕਬੀਰ ਕੋਲ? ਕਹਿਣ ਲੱਗਾ ਪੱਗ ਵੀ ਫਟੀ ਹੋਈ ਹੈ, ਲੀਰੋ ਲੀਰ ਹੈ, ਇਹ ਮੈਂ ਉਹਦੇ ਕੋਲੋਂ ਲੈ ਲਵਾਂਗਾ। ਕਬੀਰ ਜੀ ਕਹਿਣ ਲੱਗੇ ਚਲੋ ਮੈਂ ਹੀ ਤੈਨੂੰ ਦੇ ਦਿੰਦਾ, ਛੱਡ ਤੂੰ ਕਬੀਰ ਨੂੰ ਕੋਲੋਂ ਕੀ ਲੈਣਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਪੱਗ ਫਾੜ ਕੇ ਦੇ ਦਿੱਤੀ ਤੇ ਭਗਵਾਨ ਹੁਣ ਚਰਨਾਂ ਤੇ ਲੇਟ ਗਏ ਸਾਧੂ ਦੇ ਰੂਪ ਵਿੱਚ। ਉਹ ਪਿਆਰਿਆ, ਉਹ ਰੱਬ ਦਿਆ ਪਿਆਰਿਆ, ਤੂੰ ਹੀ ਕੋਈ ਕਬੀਰ ਨਾਲੋਂ ਘੱਟ ਨਹੀਂ ਪਰਉਪਕਾਰੀ, ਪਰ ਹੁਣ ਮੈਂ ਤੈਨੂੰ ਕੁਝ ਕਹਿਣਾ ਨਹੀਂ, ਮੈਂ ਬੋਲਣ ਜੋਗਾ ਨਹੀਂ ਰਿਹਾ, ਮੈਨੂੰ ਕਬੀਰ ਦਾ ਘਰ ਜ਼ਰੂਰ ਦੱਸ ਦੇ। ਆਖਿਆ ਹੁਣ ਕੀ ਲੈਣਾ ਤੂੰ ਕਬੀਰ ਕੋਲੋਂ? ਕਹਿਣ ਲੱਗਾ ਵੇਖੋ ਨਾ ਚਾਦਰ ਫਟੀ ਹੋਈ ਹੈ ਜਿਹੜੀ ਉੱਪਰ ਓੜੀ ਹੋਈ ਹੈ, ਤੇ ਦੋ ਕੱਪੜੇ ਨਵੇਂ ਤੇ ਚਾਦਰ ਪੁਰਾਣੀ ਹੋਵੇ ਤੇ ਚੰਗੀ ਨਹੀਂ ਨਾ ਲੱਗਦੀ। ਤੇ ਕਬੀਰ ਜੀ ਨੇ ਵੇਖਿਆ ਪਿੱਛੇ ਕੱਪੜਾ ਹੀ ਥਾਨ ਚ ਕੇਵਲ ਚਾਦਰ ਜਿਤਨਾ ਹੀ ਰਹਿ ਗਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਮੈਂ ਬੇਨਤੀ ਕਰ ਰਿਹਾ ਜਿਨ੍ਹਾਂ ਨੇ ਨਿਰੰਕਾਰ ਨੂੰ ਖਲਾਰ ਲਿਆ ਆਪਣੇ ਕਾਰਜਾਂ ਵਿੱਚ, ਕਬੀਰ ਦੇ ਘਰ ਵਿਆਹ ਹੈ, ਆ ਵੇਖੋ ਕਰ ਕੀ ਰਹੇ ਨੇ। ਕਬੀਰ ਜੀ ਨੇ ਜਦੋਂ ਵੇਖਿਆ ਥਾਨ, ਬਾਈ ਹੁਣ ਤਾਂ ਚਾਦਰ ਜੋਗਾ ਹੀ ਰਹਿ ਗਿਆ ਕੱਪੜਾ, ਚੰਗਾ ਬਾਈ ਤੂੰ ਲੈ ਜਾ। ਨਿਰੰਕਾਰ ਨੇ ਸਾਧੂ ਦਾ ਰੂਪ ਧਾਰਨ ਕੀਤਾ ਸੀ, ਸਭ ਕੁਛ ਲੈ ਗਏ ਤੇ ਕਬੀਰ ਜੀ ਹੁਣ ਇਕਾਂਤ ਬੀਆਬਾਨ ਜੰਗਲ ਵਿੱਚ ਜਾ ਕੇ ਬੈਠੇ। ਬਈ ਗਾਰ ਵਾਲੇ ਪੁੱਛਣਗੇ ਤੇ ਜਵਾਬ ਕੀ ਦੇਵਾਂਗਾ। ਜਾ ਕੇ ਬਹਿ ਗਏ ਤੇ ਹੁਣ ਨਿਰੰਕਾਰ ਨੇ ਕਬੀਰ ਦਾ ਰੂਪ ਧਾਰਨ ਕੀਤਾ। ਉਚਾਰਨ ਕਰੋ ਸ੍ਰੀ ਵਾਹਿਗੁਰੂ।
ਕਬੀਰ ਦਾ ਰੂਪ ਧਾਰਨ ਕਰਕੇ ਘਰ ਆਏ ਤੇ ਮਾਤਾ ਲੋਈ ਕਹਿੰਦੀ ਹੁਣੇ ਗਏ ਸੀ ਤੇ ਛੇਤੀ ਵਾਪਸ ਆ ਗਏ, ਥਾਨ ਵੇਚ ਆਇਓ? ਹਾਂ, ਕਹਿਣ ਲੱਗੇ ਥਾਨ ਤਾਂ ਮੈਂ ਬੜੇ ਵੱਡੇ ਸ਼ੇਠ ਨੂੰ ਵੇਚ ਕੇ ਆਇਆ। ਤੇ ਉਸਨੇ ਕਿਹਾ ਬਈ ਤੁਹਾਡੀ ਧੀ ਕੀ ਤੇ ਮੇਰੀ ਕੀ, ਮੈਂ ਸਭ ਕੁਝ ਆਪੇ ਹੀ ਕਰ ਦੇਵਾਂਗਾ, ਮੈਂ ਸਭ ਕੁਝ ਆਪੇ ਕਰ ਦੇਵਾਂਗਾ। ਸਾਧ ਸੰਗਤ ਬੋਲੋ ਸ੍ਰੀ, ਇਤਨਾ ਬਚਨ ਕਰ ਹੀ ਰਹੇ ਸੀ ਕਿ ਪਿੱਛੋਂ ਕੁਛ ਬੰਦੇ ਆ ਗਏ, ਮਹਾਰਾਜ ਬਈ ਜੋ ਹੁਕਮ ਕੀਤਾ ਸੀ ਸੇਠ ਉਹਨਾਂ ਨੇ ਭੇਜ ਦਿੱਤਾ। ਤੇ ਮਾਤਾ ਲੋਈ ਨੇ ਜਦੋਂ ਵੇਖਿਆ ਬਾਹਰ ਪਦਾਰਥਾਂ ਦੇ ਗੱਡੇ ਲੱਦੇ ਹੋਏ ਹਨ, ਉਚਾਰਨ ਕਰੋ ਸ੍ਰੀ ਕਬੀਰ ਜੀ ਤਾਂ ਸਿਮਰਨ ਵਿੱਚ ਜੁੜੇ ਹੋਏ ਨਿਰੰਕਾਰ ਦੇ ਚਰਨਾਂ ਵਿੱਚ। ਇੱਧਰ ਬਰਾਤ ਆਈ ਤੇ ਨਿਰੰਕਾਰ ਆਪ ਹੱਥ ਜੋੜ ਕੇ ਖੜੋਤੇ ਹੋਏ ਹਨ, ਜਾਂਜੀਆਂ ਮਾਂਜੀਆਂ ਨੂੰ ਜੀ ਆਇਆ ਕਹਿ ਰਹੇ ਹਨ, ਪ੍ਰਸਾਦਾ ਛਕਾਇਆ। ਹੋਰ ਜੋ ਯਥਾ ਯੋਗ ਸੇਵਾ ਸੀ ਕੀਤੀ, ਧੰਨ ਕਬੀਰ ਧੰਨ ਕਬੀਰ। ਤੇ ਆਪ ਹੀ ਫਿਰ ਡੋਲੀ ਤੋਰ ਕੇ ਤੇ ਫਿਰ ਨਿਰੰਕਾਰ ਉੱਥੇ ਆਣ ਖੜੋਤੇ ਜਿੱਥੇ ਕਬੀਰ ਬੈਠਾ ਸੀ, ਇੱਕ ਮਨ ਇੱਕ ਚਿੱਤ ਹੋ ਕੇ ਜਪ ਰਿਹਾ ਸੀ ਸ੍ਰੀ। ਉੱਥੇ ਆਣ ਖਲੋਤੇ ਭਗਤਾ ਜਿਹਨੂੰ ਹਿਰਦੇ ਚ ਵਸਾਈ ਬੈਠਾ, ਉਹ ਤੇਰੇ ਸਾਹਮਣੇ ਖੜੋਤਾ, ਅੱਖਾਂ ਖੋਲੀਆਂ ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਬਈ ਜਿਹੜਾ ਤੇਰਾ ਕੰਮ ਸੀ ਨਾ, ਲੜਕੀ ਦਾ ਵਿਵਾਹ ਸੀ, ਆ ਮੈਂ ਸਾਰਾ ਹੀ ਕਰ ਆਇਆ, ਬਰਾਤ ਨੂੰ ਵੀ ਜਿਉਂ ਆਇਆ ਆਖਿਆ, ਪ੍ਰਸਾਦੇ ਵੀ ਛਕਾਏ, ਡੋਲੀ ਵੀ ਤੋਰੀਆਂ, ਸਾਰੀਆਂ ਪੰਡਾਂ ਤੂੰ ਜ਼ਿੰਮੇਵਾਰੀ ਦੀਆਂ ਮੇਰੇ ਤੇ ਰੱਖ ਦਿੱਤੀਆਂ ਹਨ। ਭਗਵਾਨ ਕਹਿਣ ਲੱਗੇ ਹੁਣ ਤੂੰ ਜਾ ਕਰ। ਤੇ ਕਬੀਰ ਜੀ ਪਹਿਚਾਣ ਗਏ, ਕਹਿਣ ਲੱਗੇ ਕੋਈ ਪੰਡਾਂ ਐਵੇਂ ਨਹੀਂ ਰੱਖੀਆਂ, ਮੁਫਤ ਨਹੀਂ ਰੱਖੀਆਂ, ਤੂੰ ਫਿਰ ਥਾਨ ਵੀ ਤਾਂ ਤੂੰ ਹੀ ਹੋਈ ਲੈਣਾ ਨਾ। ਸਾਧ ਸੰਗਤ ਬੋਲੋ ਸ੍ਰੀ, ਥਾਨ ਵੀ ਤਾਂ ਤੂੰ ਹੋ ਲੈ ਗਿਆ। ਕਬੀਰ ਜੀ ਦਾ ਜੀ ਕੀਤਾ ਕਿ ਮੈਂ ਨਿਰੰਕਾਰ ਦੇ ਚਰਨ ਚੁੰਮ ਲਵਾਂ, ਜਿਉਂ ਡਿੱਗਣ ਲੱਗੇ ਨਿਰੰਕਾਰ ਨੇ ਦੋਵੇਂ ਹੱਥ ਬੋਝ ਕੇ ਗੱਲ ਨਾਲ ਲਾ ਲਿਆ, ਆਖਿਆ ਰਾਮ ਕਬੀਰੇ ਭੇਦ ਨਾ ਪਾਈ, ਹੁਣ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਇਹ ਸਾਧ ਸੰਗਤ ਜੀ ਕਿਹਨਾਂ ਤੇ ਇਹ ਸ਼ਕਤੀਆਂ ਵਰਤਦੀਆਂ ਹਨ ਜਿਨ੍ਹਾਂ ਨੇ ਸਾਸ ਗ੍ਰਾਸ ਜਪਿਆ ਸ੍ਰੀ। ਫਿਰ ਘਰ ਬੈਸੋ, ਮੇਰੇ ਪਾਤਸ਼ਾਹ ਕਹਿੰਦੇ ਨੇ ਫਿਰ ਹੋ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਬਹਿ ਜਾ, ਭਟਕਣਾ ਛੱਡ ਦੇ, ਡੋਲਣਾ ਛੱਡ ਦੇ ਤੇ ਫਿਰ ਹੋ ਕੇ ਬਹਿ ਜਾ, ਇੱਕ ਦਾ ਆਸਰਾ ਲੈ ਲੈ, ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ ਭਗਵੰਤ। ਤੇ ਫਿਰ ਤੈਨੂੰ ਕੁਝ ਕਰਨ ਦੀ ਲੋੜ ਨਹੀਂ, ਤੇਰੇ ਕਾਰਜ ਮੈਂ ਆਪ ਕਰਾਂਗਾ, ਹਰ ਇੱਕੋ ਦਾਤਾ ਸੇਵੀਏ, ਹਰ ਇੱਕ ਧਿਆਈਏ, ਹਰ ਇੱਕੋ ਦਾਤਾ ਮੰਗੀਏ, ਮਨ ਚਿਧਿਆ ਪਾਈਏ, ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਜਿਨ੍ਹਾਂ ਨੇ ਦੂਜੇ ਆਸਰੇ ਲੱਭੇ ਹਨ ਨਾ, ਉਹ ਕਦੇ ਵੀ ਪ੍ਰਾਪਤੀ ਨਹੀਂ ਕਰ ਸਕੇ ਪਰਮੇਸ਼ਰ ਦੀ, ਪ੍ਰਾਪਤ ਉਹਨਾਂ ਨੂੰ ਹੀ ਹੋਇਆ। ਤਿਸ ਕੋ ਹੋਤ ਪ੍ਰਾਪਤ ਸਵਾਮੀ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੈ। ਮੇਰੇ ਪਾਤਸ਼ਾਹ ਦਾ ਬਚਨ ਹੈ ਕਿ ਥਿਰ ਹੋ ਕੇ ਬੈਠ ਕੇ ਜਿਨ੍ਹਾਂ ਨੇ ਜਪਿਆ ਸ੍ਰੀ ਵਾਹਿਗੁਰੂ, ਥਿਰ ਘਰ ਬੈਸੋ ਹਰ ਜਨ ਪਿਆਰੇ, ਆਓ ਪਿਆਰ ਨਾਲ ਜਪੀਏ। ਤੁੰਬਲੇ ਕਾਜ ਸੰਵਾਰੇ ਸਤਿਗੁਰ, ਤੁੰਬਲੇ ਕਾਜ ਸੰਵਾਰੇ, ਤੁੰਬਲੇ ਕਾਜ ਸੰਵਾਰੇ ਸਤਿਗੁਰ, ਤੁੰਬਲੇ ਕਾਜ ਸੰਵਾਰੇ। ਫਿਰ ਘਰ ਬੈਸੋ ਹਰ ਜਨ ਪਿਆਰੇ,
Satguru
Just a
Oh.
मन मदे हार पातशाही दसवीं कवियो वाच बेनती चौपाई हमरी करो हाथ दे रचा पूरन होए चित के इच्छा तब चरणन मन रहे हमारा अपना जान करो प्रत पारा हमरे दुष्ट सब है तुम कावो आप हाथ दे मोए बचावो सुखी बसे मोरो परवारा सेवक सिख सब है करतारा मोर अच्छा निज कर दे करिए सब पैरन को आज संगरिए पूरन होए हमारी आशा और भजन के रहे प्यासा तुम्हें छाड़ कोई और ना क्या जो पर चाहो सो तुम ते पाओ सेवक सिख हमारे तारिए चुन सत्र हमारे मारिए आप हाथ दे मुझे उभरिए अर्ध काल का त्रास नवरिए जो सदा हमारे पछा यस तुझ जो करियो रचा राख ले मोए राखण हारे साहिब संत साहिब प्यारे दीन बंद दुष्टन के हंदा हो पुरी ततर दस पंता काल पाए ब्रह्मा बप तरा काल पाए सब जो अवतरा काल पाए कर भीषण प्रगासा सकल काल का किया तमासा जवन काल जो की शिव कियो वेद राज ब्रह्मा जो थियो जवन काल सब लोक सवारा नमस्कार है ताए हमारा जवन काल सब जगत बनायो देव दैत जग छनि उपजायो आद अंत के अवतारा सोई गुरु समझो हमारा नमस्कार तिस ही को हमारी सकल प्रजा जिन आप सवार सेवकन को शिव गुण सुख दियो सकरन को पल मोहबत कियो कट कट के अंतर की जानत भले बुरे की पीर पछानत चीटी ते कुंजर अस्तोला सब पर कृपा दृष्टि कर भोला संतन दुख पाए ते दुखी सुख पाए साधन के सुखी एक एक की पीर पछान कट कट के पट पट के जान जब उदकर्क करा कर तारा प्रजा तर्क तब दे अपारा जब अकर्क कर तो कब सब जेते बदन श्रेष्ठ सब दार आप आपने मोज उतार तुम सब ही ते रहत निरालम भेद भेद अरे आलम निरंकार निर्विकार निर्लंब आद अनिल अनाद असंभ तांका मूड उचार तो भेदा को पेव न पाप तो भेदा तांको कर पान अनुमान महा मूड कछ भेद न जान महान देव को कह तो सदा शिव निरंकार का चिन्हत न पेव आप अपनी बुद्ध है जेती तो पेन पेन तो तेती तुमरा लखा न जाए पसारा कै कुछ सजा प्रथम संसारा एक रूप अनूप स्वरूपा अंत पयोराव कई पोपा अंडज जेरज से तज कीने कुछ खान बहो रच देने
कहूं कुल राजा हम बैठा समट पियो संतरे बैठा सगरी सृष्ट दिखाए अचंभव आद जुग आद स्वरूप से अंबव अब रक्षा मेरी तुम करो सुखियो बारे असक संगरो दुष्ट जिते उठवते उत पाता सगल मलेश करो रण काता जे अस तुझ तव सरणी परे जनके दुष्ट दुखत हव मरे उर्क जवन पग परे तिहारे जिनके तुम संकट सब तारे जो कल को एक बार त्यै है आके काल निकट ने है रक्षा होई ताए सब काला दुष्ट अरिष्ट करे तत्काला कृपा दृष्ट संजाय निहारो आके ताप तनक मोहर और ए तो सिद्ध कर्म सब होई दुष्ट जा छै सके न कोई एक बार जिन तुम्हें संभारा काल पास ते ताए जिन नर नाम ते हारो कहा दुष्ट लोक ते रहा खड़ग केत में शरण तिहारी आपो हाथ दे ले ओ बारी सर्व डोर मो सहाई दुष्ट लोक ते ले ओ बचाई खड़ग केत में शरण तिहारी आपो हाथ दे ले ओ बारी सर्व डोर मो सहाई दुष्ट लोक ते ले राम कली महला तीजा नंद के ओंकार सतगुरु प्रसाद आनंद पिया मेरी माए सतगुरु में पाया सतगुरु का पाया जाय जिसे ते नंद दिया बनाया राग रे तन परवार परिया शब्द गावने आईया कहे नानक आनंद हुआ सतगुरु में पाया हर नाल रखो मन मेरे दुख सब विसारना अंगीकार करे तेरा कार्य सब सब नांगल समरथ स्वामी सुख मनो विसारे साचे साहिबा क्या नहीं करते रहे सदा सिद्ध सलाह तेरी नाम मन वसावे कहे नानक सच्चे साहिब क्या नहीं कर तेरे सच नाम मेरा आधारो सच नाम आधार मेरा जिन को का सब आया कर शांत सुख मन आयु से जिन इच्छा सब हो जाया सदा कुर्बान कीता गुरु भेटो जिस दिया ए बढ़िया कहे नानक सुनो संतो सब करो प्यारो सच नाम मेरा आधारो वजे पंच शब्द कर सभागे कर सभागे सब दवाजे कल्ला जिन पंच दो तुद वस गीते काल कंड कुमारे करम पाया तुझ को से नाम हर के लागे कहे नानक तै सुख हो अति करन द्वारे आनंद सुनो वट पागे सगल मनोर पूरे पार ब्रह्म प्रपाया त्रि सगले बसुरे रोग संताप तेरे सुने सच्ची वाणी संत सजन पै सर से पूरे गुर के जान सुनते मुने कहते पवित्र सतगुरु रहा पर पूरे अंत नानक गोरे चरण लागे गोरे चरण लागे वाजे अनहद तूरे जी आनंद सुन वड पागियो सलोक पम गुरु पाणी पिता माता तरत महत दिवस रात दो दाई दाया खेले सगल जगत चंगियाईया बुरियाईया वाचे धर्म हदूर करमी आपो अपनी के नेड़े के दूर जिनी नाम ते आया गए मुसकत काल नानक ते मुख उजले केती छुटी ना भुला चुका दिखी मां बख्शनी फतेह बुलाओ वाहेगुरु जी का खालसा वाहेगुरु जी की फतेह शुकराना शुकराना करे शुकराना सिर तर मन करे शुकराना 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 शुकराना
जय गुरु जी की। अब हम मंत्र जाप करेंगे।
जय गुरु जी की। Get it, get it.